ਸਤਿਕਾਰ ਪਿਆਰੇ ਦੋਸਤੋ, ਆਜ ਮੇਰੇ ਦੋਸਤ ਸੁਜੀਤ ਜੀ ਆਏ ਗਏ ਹੈ। ਯੇ ਉਨਕਾ ਜੋ ਐਕਸਪੀਰੀਅੰਸ ਹੈ ਗੁਰਬਾਣੀ ਮੇਂ ਤਥਾ ਪਾਠ ਪੂਜਾ ਮੇਂ ਕਮ ਸੇ ਕਮ 10 ਸਾਲ ਸੇ ਉੱਪਰ ਹੈ। ਆਜ ਹਮ ਸਿਰਫ ਕੁਛ ਸਪਿਰਿਚੁਅਲ ਡਿਸਕਸ਼ਨ ਰਹਿਤੇ ਹੈ। ਸਤਿ ਸ਼੍ਰੀ ਅਕਾਲ ਸਰਦਾਰ ਜੀ, ਯੇ ਬਤਾਈਏ ਕਿ ਮਤਲਬ ਕਿ ਗੁਰਬਾਣੀ ਕੀ ਤਰਫ ਆਪਣਾ ਰੁਝਾਨ ਕਰਨੇ ਸੀ, ਠੀਕ ਹੈ, ਹਮੇਂ ਸਬਸੇ ਜ਼ਿਆਦਾ ਲਾਭ ਕਿਆ ਹੈ, ਮਤਲਬ ਕਿ ਹਮ ਕਿਉਂ ਮਤਲਬ ਕਿ ਮਾਇਆ ਕੀ ਤਰਫ ਮਤਲਬ ਕਿਉਂ ਹਮ ਪਾਠ ਪੂਜਾ ਕਰੇਂ, ਕਿਉਂ ਗੁਰਦੁਆਰੇ ਮੇਂ ਜਾਏਂ, ਇਸਕਾ ਕਿਆ ਕਿਆ, ਕਿਉਂਕਿ ਹਮੇਂ ਕੋਈ ਪੈਸਾ ਤੋ ਮਿਲਤਾ ਨਹੀਂ ਹੈ ਵਹਾਂ ਜਾ ਕੇ, ਕਿਆ ਲਾਭ ਹੈ ਇਸਕਾ। ਗੁਰਬਾਣੀ ਮੇਰੇ ਹਿਸਾਬ ਨਾਲ ਤਾਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਹਾਂਜੀ, ਉੱਥੇ ਜਾ ਕੇ ਮੱਥਾ ਟੇਕਦੇ ਹਾਂ, ਮੱਥਾ ਟੇਕ ਕੇ ਵਾਪਸ ਆ ਜਾਂਦੇ, ਬਿਲਕੁਲ ਬਿਲਕੁਲ, ਉਸ ਨਾਲ ਆਪਾਂ ਨੂੰ ਕੋਈ ਲਾਭ, ਬਿਲਕੁਲ ਸਰ। ਬਾਕੀ ਜੋ ਗੁਰਬਾਣੀ ਹੈ, ਗੁਰਬਾਣੀ ਨੂੰ ਜੇ ਆਪਾਂ ਵਿਚਾਰਾਂ ਸਭ ਤੋਂ ਪਹਿਲਾਂ ਤਾਂ ਗੁਰਬਾਣੀ ਪੜ੍ਹਨੀ, ਬਿਲਕੁਲ ਬਿਲਕੁਲ, ਉਸ ਨੂੰ ਸਿੱਖਣਾ, ਬਿਲਕੁਲ, ਜੇ ਤਾਂ ਆਪਾਂ ਪੰਜਾਬੀ ਆਉਂਦੇ ਫਿਰ ਤਾਂ ਆਪਾਂ ਆਸਾਨੀ ਨਾਲ ਪੜ੍ਹ ਸਕਦੇ ਸੀਗੇ ਦੋਸਤ, ਅਤੇ ਜੇ ਨਹੀਂ ਆਉਂਦੀ ਤਾਂ ਹਿੰਦੀ ਵੀ ਮਿਲ ਜਾਂਦਾ, ਇੰਗਲਿਸ਼, ਫਿਰ ਉਸ ਨੂੰ ਗੁਰਬਾਣੀ ਨੂੰ ਪੜ੍ਹਨਾ ਪੈਣਾ, ਗੁਰਬਾਣੀ ਨੂੰ ਪੜ੍ਹਨ ਤੋਂ ਉਪਰੰਤ ਉਸ 'ਤੇ ਵਿਚਾਰ ਕਰਨਾ, ਉਹ ਜਿਹੜਾ ਸ਼ਬਦ ਹੈ ਜਾਂ ਉਹਦੀ ਦੁੱਖ ਹੈ ਉਹ ਸਾਨੂੰ ਕੀ ਸਮਝਾਇਆ, ਠੀਕ ਠੀਕ ਠੀਕ, ਉਹ ਫਿਰ ਜਿਹੜਾ ਉਹ ਦੁੱਖ ਨੂੰ ਆਪਾਂ ਪੜ੍ਹਾਂਗੇ ਸਮਝਾਂਗੇ, ਫਿਰ ਉਹ ਜਿਹੜੀ ਦੁੱਖ ਹੈ ਜਾਂ ਸ਼ਬਦ ਹੈ ਉਹ ਸਾਨੂੰ ਸਮਝਾਏਗਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਮਤਲਬ ਕੀ ਕੀ ਬਣਨਾ ਜਾਂ ਕੀ ਤਰੱਕੀ ਕਰਨੀ, ਉਸ ਦੇ ਨਾਲ ਫਿਰ ਉਹ ਸ਼ਬਦ ਦੇ ਹੀ ਹਿਸਾਬ ਨਾਲ ਆਪਾਂ ਵੀ ਚੱਲਾਂਗੇ, ਫਿਰ ਆਪਾਂ ਨੂੰ ਇੱਕ ਦਿਸ਼ਾ ਮਿਲੇਗੀ, ਇੱਕ ਰਸਤਾ ਮਿਲੇਗਾ, ਉਸ ਨਾਲ ਆਪਾਂ ਅਧਿਆਤਮਿਕ ਤੌਰ 'ਤੇ ਜਾਂ ਦੁਨਿਆਵੀ ਤੌਰ 'ਤੇ ਆਪਾਂ ਨੂੰ ਹਰ ਤਰ੍ਹਾਂ ਦਾ ਸਬਜੈਕਟ ਕਰਵਾਉਂਦੇ। ਇੱਕ ਗੱਲ ਹੋਰ ਦੱਸੋ ਕਿ ਲੋਕ ਬਹੁਤ ਸਾਰੀ ਮਾਇਆ ਇਕੱਠੀ ਕਰ ਜਾਂਦੇ ਹੈ, ਠੀਕ ਹੈ, ਅਤੇ ਬਾਅਦ ਵਿੱਚ ਆਪਣੇ ਝਗੜਿਆਂ 'ਚ ਪੈ ਜਾਂਦੇ ਹੈ, ਠੀਕ ਹੈ ਜੀ। ਗੁਰਬਾਣੀ ਦੇ ਵਿੱਚ ਦੇ ਰੂਪ ਵਿੱਚ ਗੁਰਬਾਣੀ ਵਿੱਚ ਕੀ ਲਿਖਿਆ ਕਿ ਮਾਇਆ ਕੀ ਚੀਜ਼ ਹੈ, ਗੁਰਬਾਣੀ ਦੇ ਵਿੱਚ ਜਿਹੜੀ ਮਾਇਆ ਨਾ ਉਹ ਕੇਵਲ ਪੈਸੇ ਨਾਲ ਨਹੀਂ ਲਿਆ ਗਿਆ। ਅੱਛਾ, ਗੁਰਬਾਣੀ ਦੇ ਵਿੱਚ ਜਿਹੜੀ ਮਾਇਆ ਉਹ ਜਿਹੜਾ ਆਪਣਾ ਪਰਿਵਾਰ ਹੈ, ਅੱਛਾ, ਜਾਂ ਆਪਾਂ ਕਿਸੇ ਨਾਲ ਪਿਆਰ ਕਰਦੇ ਹਾਂ, ਬਿਲਕੁਲ ਬਿਲਕੁਲ, ਕਿਸੇ ਨਾਲ ਮੋਹ ਪਾਉਂਦੇ ਹਾਂ, ਅੱਛਾ, ਉਹ ਸਾਰੀ ਮਾਇਆ, ਉਹ ਸਾਰੀ ਜੋ ਵੀ ਆਪਾਂ ਸੰਸਾਰ ਦੇ ਵਿੱਚ ਦੇਖ ਰਹੇ ਹਾਂ ਸਾਰੀ ਮਾਇਆ, ਬਿਲਕੁਲ, ਅਤੇ ਜਿੰਨਾ ਚਿਰ ਆਪਾਂ ਰਾਮ ਜੋ ਨੂੰ ਹੰਕਾਰ ਦੇ ਵਿੱਚ ਫਸੇ ਹਾਂ ਇਹ ਆਪਾਂ ਮਾਏ ਇੱਕ ਮਾਏ, ਅਤੇ ਜੋ ਜਿਹੜੀ ਵੀ ਇਕੱਲੇ ਪੈਸੇ ਨੂੰ ਤਿਆਗਣ ਦੇ ਨਾਲ ਮਾਇਆ ਤਿਆਗ, ਬਿਲਕੁਲ ਬਿਲਕੁਲ, ਇਸ ਦੇ ਨਾਲ ਮਤਲਬ ਇਹਦਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਸਭ ਤੋਂ ਪਹਿਲਾਂ ਕਿਰਤ ਕਰੋ, ਜੇ ਕਿਰਤ ਕਰਾਂਗੇ ਉਸ ਨੇ ਮਨਾਇਆ, ਕਿਰਤ ਕਰੋ, ਉਸ ਤੋਂ ਬਾਅਦ ਆਪਣੇ ਕਿਰਤ ਕਰਨ ਦੇ ਨਾਲ ਜੋ ਮਾਇਆ ਆਏਗੀ ਉਸ ਦੇ ਵਿੱਚੋਂ ਆਪਣਾ ਜੀਵਨ ਪਰਿਵਾਰ ਚਲਾਉਣਾ ਅਤੇ ਪਰਿਵਾਰ ਦਾ ਨਿਰਵਾਹ ਕਰਨਾ, ਉਸ ਤੋਂ ਬਾਅਦ ਜਿਹੜਾ ਕੁਛ ਆਪਣੇ ਕੋਲ ਬਚਦਾ ਬਚਣ ਦੇ ਨਾਲ ਉਸ ਦੇ ਵਿੱਚੋਂ ਦਸਵੰਧ ਕੱਢਣਾ, ਦਸਵੰਧ ਕੱਢ ਕੇ ਫਿਰ ਉਸਨੂੰ ਵੰਡ ਕੇ ਛੱਡ, ਜਾਂ ਕਿਸੇ ਗੁਰੂ ਦੀ ਸੇਵਾ ਕਰਨੀ, ਕਿਸੇ ਗੁਰੂ ਜੀ ਦੀ ਸੇਵਾ ਕਰਨੀ, ਜਾਂ ਕਿਸੇ ਤਰ੍ਹਾਂ ਦੀ ਸੇਵਾ ਕਰਨੀ, ਉਸ ਤੋਂ ਉਪਰੰਤ ਫਿਰ ਵੰਡ ਕੇ ਛੱਡਣ ਤੋਂ ਉਪਰੰਤ ਜੋ ਆਪਾਂ ਨੂੰ ਸਾਉਣ ਮਿਲਦਾ ਫਿਰ ਨਾਮ ਦੇਣਾ। ਇੱਕ ਗੱਲ ਹੋਰ ਪੁੱਛਣੀ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੰਦੇ ਦਾ ਆਪਾਂ ਮਾਨਵ ਜੀਵਨ ਵਿੱਚ ਆਏ, ਇਸ ਮਤਲਬ ਹਰ ਕੋਈ ਬੰਦਾ ਵਿੱਚ ਆਇਆ, ਇਸ ਦਾ ਮੁੱਖ ਉਦੇਸ਼ ਕਿਆ, ਕਿਆ ਇਸ ਦਾ ਮੁੱਖ ਉਦੇਸ਼ ਹੈ ਕਿ ਵਿਆਹ ਕਰਾ ਲਓ, ਬੱਚੇ ਪੈਦਾ ਕਰ ਲਓ, ਜਾਂ ਫਿਰ ਮਤਲਬ ਕਿ ਧਨ ਦੌਲਤ ਕਮਾਈ ਜਾਓ, ਕਮਾਈ ਜਾਓ, ਕਮਾਈ ਜਾਓ, ਕੀ ਇਹ ਉਦੇਸ਼ ਹੈ,
ਸਾਨੂੰ ਚੰਗੇ ਆਪ ਆਉਂਦੇ ਹੋ ਓਕੇ ਸਰ ਜੀ ਥੈਂਕ ਯੂ